ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਇਸ ਵੀਡੀਓ 'ਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਜੀਕੇ ਦੇ ਟੋਪ 20 MCQ, ਜੋ ਕਿ ਆਉਣ ਵਾਲੀ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੀ ਨੇ। ਦੋਸਤੋ, ਚੈਨਲ 'ਤੇ ਫਸਟ ਵਾਰ ਵਿਜ਼ਿਟ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਬਹੁਤ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ ਫਸਟ, ਹਰਮਦਾਸਪੁਰਾ ਕਿਸ ਸ਼ਹਿਰ ਦਾ ਪੁਰਾਣਾ ਨਾਮ ਸੀ? ਤਾਂ ਰਾਈਟ ਆਂਸਰ ਹੈ ਅੰਮ੍ਰਿਤਸਰ। ਠੀਕ ਹੈ ਜੀ, ਅੰਮ੍ਰਿਤਸਰ ਸ਼ਹਿਰ ਦਾ ਜੋ ਪੁਰਾਣਾ ਨਾਮ ਸੀ ਹਰਮਦਾਸਪੁਰਾ, ਐਂਡ ਇਹ ਜੋ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਇਆ ਗਿਆ ਸੀ। ਦੁਆਬ ਸਭ ਤੋਂ ਕੀ ਭਾਵ ਹੈ? ਤਾਂ ਰਾਈਟ ਆਂਸਰ ਹੈ ਦੋ ਦਰਿਆਵਾਂ ਵਿਚਕਾਰਲਾ ਇਲਾਕਾ। ਜੋ ਦੁਆਬ ਸ਼ਬਦ ਹੈ, ਦੋ ਸ਼ਬਦਾਂ ਤੋਂ ਇਹ ਮੇਲ ਤੋਂ ਬਣਿਆ ਹੈ। ਦੋ ਪਲੱਸ ਆਬ, ਆਬ ਦਾ ਮਤਲਬ ਹੈ ਪਾਣੀ, ਮਤਲਬ ਕਿ ਦੋ ਪਾਣੀਆਂ ਜਾਂ ਦਰਿਆਵਾਂ ਵਿਚਕਾਰਲਾ ਇਲਾਕਾ। ਥੀਨ ਡੈਮ ਦਾ ਨਿਰਮਾਣ ਕਿਹੜੇ ਦਰਿਆ 'ਤੇ ਹੋਇਆ ਹੈ? ਤਾਂ ਰਾਈਟ ਆਂਸਰ ਹੈ ਰਾਵੀ ਦਰਿਆ 'ਤੇ। ਠੀਕ ਹੈ ਜੀ, ਜੋ ਥੀਨ ਡੈਮ ਦਾ ਨਿਰਮਾਣ ਰਾਵੀ ਦਰਿਆ 'ਤੇ ਕੀਤਾ ਗਿਆ ਹੈ, ਐਂਡ ਜੋ ਥੀਨ ਡੈਮ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ, ਰਣਜੀਤ ਸਾਗਰ ਡੈਮ। ਤੁਹਾਨੂੰ ਐਗਜ਼ਾਮ ਵਿੱਚ ਰਣਜੀਤ ਸਾਗਰ ਡੈਮ ਜਾਂ ਫਿਰ ਥੀਨ ਡੈਮ ਦੋਨਾਂ ਵਿੱਚੋਂ ਇੱਕ ਬਾਰੇ ਪੁੱਛਿਆ ਜਾ ਸਕਦਾ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਇਹ ਰਾਵੀ ਦਰਿਆ 'ਤੇ ਬਣਿਆ ਹੋਇਆ ਹੈ। ਪੰਜਾਬ ਦੀ ਆਖਰੀ ਵਾਰ ਵੰਡ ਕਦੋਂ ਹੋਈ? ਤਾਂ ਰਾਈਟ ਆਂਸਰ ਹੈ 1966। 1 ਨਵੰਬਰ 1966 ਈਸਵੀ ਨੂੰ ਜੋ ਆਧੁਨਿਕ ਪੰਜਾਬ ਹੋਂਦ ਵਿੱਚ ਆਇਆ। ਪੈਪਸੂ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਰਾਈਟ ਆਂਸਰ ਹੈ 15 ਜੁਲਾਈ 1948 ਈਸਵੀ ਨੂੰ। ਪੈਪਸੂ ਦੀ ਜੋ ਸਥਾਪਨਾ 15 ਜੁਲਾਈ 1948 ਈਸਵੀ ਨੂੰ ਹੋਈ ਸੀ, ਐਂਡ ਇਸ ਨੂੰ ਜੋ ਪੰਜਾਬ ਵਿੱਚ 1956 ਵਿੱਚ ਮਿਲਾ ਲਿਆ ਸੀ। ਜੋ ਪੈਪਸੂ ਦੀ ਜੋ ਰਾਜਧਾਨੀ ਪਟਿਆਲਾ ਸੀ, ਐਂਡ ਇਸ ਵਿੱਚ ਜੋ ਕੁੱਲ ਰਿਆਸਤਾਂ 8 ਸਨ। ਗੁਰਮਤ ਕਾਵਿਧਾਰਾ ਦਾ ਮੋਢੀ ਕਵੀ ਕੌਣ ਸੀ? ਤਾਂ ਰਾਈਟ ਆਂਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰਮਤਿ ਕਾਵਿਧਾਰਾ ਦੇ ਮੋਢੀ ਕਵੀ ਕਿਹਾ ਜਾਂਦਾ ਹੈ। ਪੰਜਾਬ ਕੇਸਰੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ? ਤਾਂ ਰਾਈਟ ਆਂਸਰ ਹੈ ਲਾਲਾ ਲਾਜਪਤ ਰਾਏ। ਲਾਲਾ ਲਾਜਪਤ ਰਾਏ ਜੀ ਨੂੰ ਜੋ ਪੰਜਾਬ ਕੇਸਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੇਂਡੂ ਅਜਾਇਬ ਘਰ ਕਿੱਥੇ ਸਥਿਤ ਹੈ? ਤਾਂ ਰਾਈਟ ਆਂਸਰ ਹੈ ਲੁਧਿਆਣਾ।
ਲੁਧਿਆਣਾ ਵਿਖੇ ਸਥਿਤ ਹੈ ਪੇਂਡੂ ਅਜਾਇਬ ਘਰ। ਪੰਜਾਬ ਦੇ ਮੌਜੂਦਾ ਸਪੀਕਰ ਕੌਣ ਹਨ? ਤਾਂ ਰਾਈਟ ਆਂਸਰ ਹੈ ਸਰਦਾਰ ਕੁਲਤਾਰ ਸਿੰਘ ਸੰਧਵਾਂ। ਸਰਦਾਰ ਕੁਲਤਾਰ ਸਿੰਘ ਸੰਧਵਾਂ ਜੋ ਪੰਜਾਬ ਦੇ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਨੇ, ਐਂਡ ਜੋ ਪਹਿਲੇ ਸਪੀਕਰ ਸਨ ਪੰਜਾਬ ਵਿਧਾਨ ਸਭਾ ਦੇ ਸਰਦਾਰ ਕਪੂਰ ਸਿੰਘ। ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਨੂੰ ਵਿਪਾਸਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ? ਤਾਂ ਰਾਈਟ ਆਂਸਰ ਹੈ ਬਿਆਸ। ਬਿਆਸ ਦਰਿਆ ਨੂੰ ਜੋ ਵਿਪਾਸਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਾਝੇ ਖੇਤਰ ਵਿੱਚ ਕਿਹੜਾ ਜ਼ਿਲ੍ਹਾ ਨਹੀਂ ਆਉਂਦਾ? ਤਾਂ ਰਾਈਟ ਆਂਸਰ ਹੈ ਹੁਸ਼ਿਆਰਪੁਰ। ਹੁਸ਼ਿਆਰਪੁਰ ਜੋ ਦੁਆਬਾ ਖੇਤਰ ਵਿੱਚ ਆਉਂਦਾ ਹੈ। ਪੰਜਾਬ ਦਾ ਰਾਜ ਰੁੱਖ ਕਿਹੜਾ ਹੈ? ਤਾਂ ਰਾਈਟ ਆਂਸਰ ਹੈ ਟਾਹਲੀ। ਠੀਕ ਹੈ ਜੀ, ਐਗਜ਼ਾਮ ਵਿੱਚ ਤੁਹਾਨੂੰ ਸੀਸਮ ਵੀ ਆ ਸਕਦਾ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਟਾਹਲੀ ਜਾਂ ਸੀਸਮ। ਠੀਕ ਹੈ ਜੀ, ਇਸ ਨੂੰ ਜੋ ਪੰਜਾਬ ਦਾ ਰਾਜ ਰੁੱਖ ਕਿਹਾ ਜਾਂਦਾ ਹੈ। ਦੋ ਹਜ਼ਾਰ ਇੱਕੀ ਵਿੱਚ ਪੰਜਾਬ ਦਾ ਕਿਹੜਾ ਜ਼ਿਲ੍ਹਾ ਨਵਾਂ ਬਣਿਆ? ਤਾਂ ਰਾਈਟ ਆਂਸਰ ਹੈ ਮਲੇਰਕੋਟਲਾ। 2021 ਵਿੱਚ ਜੋ ਮਲੇਰਕੋਟਲਾ ਪੰਜਾਬ ਦਾ 23ਵਾਂ ਨਵਾਂ ਜ਼ਿਲ੍ਹਾ ਬਣਿਆ ਸੀ, ਤਾਂ ਇਹ ਪਹਿਲਾ ਸੰਗਰੂਰ ਦਾ ਹਿੱਸਾ ਸੀ। ਪੰਜਾਬ ਦੀ ਰੀੜ੍ਹ ਦੀ ਹੱਡੀ ਕਿਸ ਦਰਿਆ ਨੂੰ ਕਿਹਾ ਜਾਂਦਾ ਹੈ? ਤਾਂ ਰਾਈਟ ਆਂਸਰ ਹੈ ਸਤਲੁਜ। ਸਤਲੁਜ ਦਰਿਆ ਜੋ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਹੈ, ਇਸ ਨੂੰ ਜੋ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਆਦਿ ਗ੍ਰੰਥ ਦਾ ਸੰਕਲਨ ਕਦੋਂ ਕੀਤਾ ਗਿਆ ਸੀ? ਤਾਂ ਰਾਈਟ ਆਂਸਰ ਹੈ 1604 ਈਸਵੀ ਨੂੰ। 1604 ਈਸਵੀ ਨੂੰ ਆਦਿ ਗ੍ਰੰਥ ਦਾ ਸੰਕਲਨ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਕੀਤਾ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪੱਟਾਂ ਦੀ ਬਾਣੀ ਸ਼ਾਮਲ ਹੈ? ਤਾਂ ਰਾਈਟ ਆਂਸਰ ਹੈ 11। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਪੱਟਾਂ
15 ਭਗਤਾਂ ਅਤੇ 6 ਗੁਰੂ ਸਾਹਿਬ ਦੀ ਬਾਣੀ ਸ਼ਾਮਿਲ ਹੈ। ਪੰਜਾਬ ਵਿੱਚ ਸਿੱਖ ਮਿਸਲਾਂ ਦੀ ਗਿਣਤੀ ਕਿੰਨੀ ਸੀ? ਤਾਂ ਰਾਈਟ ਆਂਸਰ ਹੈ 12। ਪੰਜਾਬ ਵਿੱਚ ਜੋ 12 ਸਿੱਖ ਮਿਸਲਾਂ ਸਨ। ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ? ਤਾਂ ਰਾਈਟ ਆਂਸਰ ਹੈ 117। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਨੇ, ਰਾਜ ਸਭਾ ਦੀਆਂ 7 ਅਤੇ ਲੋਕ ਸਭਾ ਦੀਆਂ 13 ਸੀਟਾਂ ਨੇ। ਸਭ ਤੋਂ ਵੱਧ ਵਾਰ ਪੰਜਾਬ ਦਾ ਮੁੱਖ ਮੰਤਰੀ ਕੌਣ ਬਣਿਆ? ਤਾਂ ਰਾਈਟ ਆਂਸਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੁੱਲ ਜੋ 5 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? ਤਾਂ ਰਾਈਟ ਆਂਸਰ ਹੈ 1845 ਤੋਂ 46। ਪਹਿਲਾ ਐਂਗਲੋ ਸਿੱਖ ਯੁੱਧ ਜੋ 1845 ਤੋਂ 46 ਵਿਚਕਾਰ, ਦੂਜਾ ਐਂਗਲੋ ਸਿੱਖ ਯੁੱਧ ਜੋ 1848 ਤੋਂ 49 ਵਿਚਕਾਰ ਹੋਇਆ। ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਟੋਪ 20 GK ਦੇ ਕੁਐਸਚਨ ਸਮਾਪਤ ਹੋਏ ਨੇ। ਵੀਡੀਓ ਵਧੀਆ ਲੱਗਿਆ, ਹੈਲਪਫੁਲ ਲੱਗੀ ਹੈ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।